कमिश्नर डॉक्टर सुखचैन सिंह गिल ने लोगों नूं अपील की है कि शहर में आम पब्लिक की सहूलत लई BRTS प्रोजैक्ट तहत मैट्रो बसा चल रही हैं और इन बसा लई एक वक्री लेन बनाई गई है जिस विच दूसरे व्हीकलों के दाखले की मनाही है पर ज़्यादातर लोग अपने व्हीकल BRTS की लेन में ले जाते हैं जिस कारण कई बार जानी और माली नुकसान भी होंगे। BRTS प्रोजैक्ट तहत मैट्रो बसा चल रही हैं उस लेन में अपने व्हीकल ना चला नहीं तो उन्होंने खिलाफ मोटर व्हीकल एक्ट 1988 मोटर व्हीकल एक्ट 2019 दी धाराएं 184 और 185 तहत ਜ਼ਾਬਤੇ ਅਨੁਸਾਰ FIR ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੋ BRTS ਜਿਹੜਾ ਕੋਰੀਡੋਰ ਬਣਿਆ ਐਕਸਕਲੂਸਿਵਲੀ BRTS ਦੀਆਂ ਬੱਸਾਂ ਵਾਸਤੇ ਬਣਿਆ ਹੋਇਆ ਹੈ। ਉਹਦੇ ਵਿੱਚ ਦੇਖਣ 'ਚ ਆਇਆ ਕਿ ਬਹੁਤ ਲੋਕ ਉਹਦੇ ਵਿੱਚ ਵਹੀਕਲ ਚਲਾਉਂਦੇ ਆ ਜਿਹਦੇ ਕਰਕੇ ਕਿਉਂਕਿ BRTS ਜਦੋਂ ਡਰਾਈਵਰ ਜਿਹੜਾ ਚਲਾ ਰਿਹਾ ਉਹਦੇ ਮਨ 'ਚ ਤਾਂ ਇਹ ਹੁੰਦਾ ਕਿ ਐਕਸਕਲੂਸਿਵ ਕੋਰੀਡੋਰ ਆ ਉੱਥੇ ਐਕਸੀਡੈਂਟ ਹੋਣ ਦੀ ਸੰਭਾਵਨਾ ਵਾ। ਉਹਦੇ 'ਚ ਅਸੀਂ ਚਲਾਨਿੰਗ ਵੀ ਇਸ਼ੂ ਕੀਤੀ ਸੀ ਪਿੱਛੇ ਜੇ ਅਸੀਂ ਹੁਣ ਇੱਕ ਸਰਕੂਲੇਟ ਕੀਤਾ ਹੈ ਕਿ 184 ਅਤੇ 185 ਮੋਟਰ ਵਹੀਕਲ ਐਕਟ ਦਾ ਇੱਕ ਸੈਕਸ਼ਨ ਹੈਗੇ ਨੇ ਜਿਹਦੇ ਵਿੱਚ ਓਫੈਂਸ ਦੇ ਵਿੱਚ FIR ਵੀ ਦਰਜ ਹੋ ਸਕਦੀ ਹੈ ਡੇਂਜਰਸ ਡਰਾਈਵਿੰਗ ਦੇ ਵਿੱਚ, ਕਿਉਂਕਿ ਜੇ ਤੁਸੀਂ ਉੱਥੇ ਡਰਾਈਵਿੰਗ ਕਰ ਰਹੇ ਹੋ ਤਾਂ ਇਟ ਮੀਨਸ ਤੁਸੀਂ ਆਪਣੀ ਜਾਨ ਦੂਜਿਆਂ ਦੀ ਜਾਨ ਜੋਖਿਮ 'ਚ ਪਾ ਰਹੇ ਹੋ, ਇਟ ਅਮਾਊਂਟਸ ਟੂ ਡੇਂਜਰਸ ਡਰਾਈਵਿੰਗ। ਉਹ ਅਸੀਂ ਇੱਕ ਸਰਕੂਲੇਟ ਕੀਤਾ ਹੈ ਔਰ ਥੋੜ੍ਹੇ ਦਿਨ 2-3 ਦਿਨ ਅਸੀਂ ਸਾਰਿਆਂ ਨੂੰ ਸਰਕੂਲੇਟ ਕਰਨ ਤੋਂ ਬਾਅਦ ਦੇ ਵਿੱਚ ਜੇ ਫਿਰ ਵੀ ਵਾਇਲੇਟ ਕਰਨਗੇ ਤਾਂ FIR ਵੀ ਦਰਜ ਹੋਏ। ਚਲੋ ਇਹ ਤਾਂ ਜੋ ਕਾਨੂੰਨ ਬਣਿਆ ਜੀ ਉਹਦੀ ਇਨਫੋਰਸਮੈਂਟ ਕਰਾਉਣਾ ਸਾਡਾ ਫਰਜ਼ ਆ। ਅੰਮ੍ਰਿਤਸਰ ਦੇ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ BRTS ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਉਸ ਦੇ ਤਹਿਤ ਲੋਕਾਂ ਲਈ ਲੋਕਲ ਬੱਸ ਸੇਵਾ ਮੁਹੱਈਆ ਕਰਾਈ ਜਾਂਦੀ, ਪਰ ਅਕਸਰ ਦੇਖਣ 'ਚ ਆਉਂਦਾ ਕਿ ਜਿਹੜਾ BRTS ਕੋਰੀਡੋਰ ਹੈ ਲੋਕ ਇਹਦੇ ਵਿੱਚ ਆਪਣੇ ਵਾਹਨ ਲੈ ਕੇ ਨਿਕਲ ਪੈਂਦੇ ਨੇ, ਜਿਸ ਨਾਲ ਅਕਸਰ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ। ਇਸ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਲੋਕ ਇਸ ਕੋਰੀਡੋਰ ਦਾ ਇਸਤੇਮਾਲ ਨਾ ਕਰਨ, ਨਹੀਂ ਤਾਂ ਮੋਟਰ ਵਹੀਕਲ ਐਕਟ ਦੇ ਤਹਿਤ ਹੁਣ FIR ਵੀ ਦਰਜ ਕੀਤੀ ਜਾਵੇਗੀ, ਕੇਸ ਵੀ ਦਰਜ ਕੀਤਾ ਜਾਵੇਗਾ। ਔਰ ਉਹਨਾਂ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਕਸੀਡੈਂਟ ਤੋਂ ਬਚਾਅ ਲਈ BRTS ਕੋਰੀਡੋਰ ਦੇ ਇਸਤੇਮਾਲ ਨਾ ਕਰਨ। ਕੈਮਰਾਮੈਨ ਰਕੇਸ਼ ਕੁਮਾਰ ਨਾਲ ਸੰਦੀਪ ਚਾਲ, ਫਸਟ ਨਿਊਜ਼ ਅੰਮ੍ਰਿਤਸਰ।